ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਾਰੀ ਹਰ ਇੱਕ ਨੋਟੀਫਿਕੇਸ਼ਨ ਦਾ ਅਪਡੇਟ ਆਪਾਂ ਲੈ ਕੇ ਆਉਂਦੇ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਸੋ ਅੱਜ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਆਇਆ ਜੀ ਪੋਸਟਾਂ ਦੇ ਸਬੰਧ ਵਿੱਚ ਉਸ ਦੀ ਕੰਪਲੀਟ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰਨ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਵੋ ਜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਸਕੋ ਨਾਲ ਦੀ ਨਾਲ ਆਪਣੇ ਇੰਸਟਾਗ੍ਰਾਮ ਤੇ ਟੈਲੀਗ੍ਰam ਚੈਨਲਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਉਹਨਾਂ ਨੂੰ ਵੀ ਜ਼ਰੂਰ ਜੁਆਇਨ ਤੇ ਫੋਲੋ ਕਰ ਲਿਆ ਕਰੋ ਕਿਉਂਕਿ ਟੈਲੀਗ੍ਰam ਚੈਨਲ ਦੇ ਉੱਤੇ ਆਪਾਂ ਹਰ ਇੱਕ ਪੀਡੀਐਫ ਪ੍ਰੋਵਾਈਡ ਕਰਵਾਉਂਦੇ ਹਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਜ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਪਹੁੰਚ ਗਏ ਹਾਂ नोटिफिकेशन जारी किया गया जी बाबा फरीद यूनीवर्सिटी ऑफ हेल्थ सैंस फरीदकोट वालों ठीक है जी रिक्रूटमेंट नोटिस ऑनलाइन एप्लीकेशनस आर इनवाइटड एक सत्त दो हज़ार बई टू सत्त सत्त दो हज़ार बई फ्रॉम अलीजिबल कैंडिडेट थ्रू यूनीवर्सिटी वैबसाइट डबल्यू 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 डॉट बी एफ यू एच एस डॉट ए स डॉट इन फॉर द रिक्रूटमेंट ऑफ वन पोस्ट ऑफ लॉ ऑफिसर अंडर डिपार्टमेंट ऑफ मैडिकल एजुकेशन एंड रिसर्च ऑफ पाब फॉर अलीजिबिलिटी टर्म्स एंड एंड अदर विजिट यूनीवर्सिटी वैबसाइट ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ www.bfuhs.ac.in ਦੇ ਉੱਤੇ ਠੀਕ ਹੈ ਜੀ ਸੋ ਕੁਆਲੀਫਿਕੇਸ਼ਨ ਜਿਹੜੀ ਉਹ ਕਿਹੜੀ ਮੰਗੀ ਗਈ ਹੈ ਮਾਸਟਰਸ ਡਿਗਰੀ ਇਨ ਲਾ ਫਰੋਮ ਅ ਰਿਕੋਗਨਾਈਜ਼ ਯੂਨੀਵਰਸਿਟੀ 8 ਇਅਰ ਐਕਸਪੀਰੀਅੰਸ ਇਨ ਐਡਵੋਕੇਟ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸ਼ੁੱਡ ਬੀ ਰਜਿਸਟਰਡ ਵਿਦ ਦਾ ਬਾਰ ਕਾਉਂਸਲ ਆਫ ਪੰਜਾਬ ਹਰਿਆਣਾ ਹਾਈ ਕੋਰਟ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਨੋਟ ਇੱਕ ਸਪੈਸ਼ਲ ਨੋਟ ਸ ਦਿੱਤਾ ਕਿ ਹਾਰਡ ਕਾਪੀ ਆਫ ਦਾ ਆਨਲਾਈਨ ਅਪਲੀਕੇਸ਼ਨ ਲੋਂਗ ਵਿਦ ਦਾ ਮੈਡੈਂਟਰੀ ਰਿਕੁਆਇਰਡ ਟੂ ਸਬਮਿਟ ਦਾ ਐਡਮਿਸ਼ਨ ਬ੍ਰਾਂਚ ਰੂਮ ਨੰਬਰ 10 ਫਰੀਦਕੋਟ ਠੀਕ ਹੈ ਜੀ 8-7 ਤੱਕ ਤੁਸੀਂ ਜਿਹੜੀ ਆਨਲਾਈਨ ਅਪਲਾਈ ਕਰਨ ਦੀ ਹਾਰਡ ਕਾਪੀ ਆ ਉਹ ਤੁਸੀਂ ਸਬਮਿਟ ਕਰਵਾਉਣੀ ਹੋਵੇਗੀ ਕੈਂਡੀਡੇਟਸ ਆਰ ਆਲਸੋ ਰਿਕੁਆਇਰਡ ਰਿਕੁਆਇਰ ਟੂ ਸਕੈਨ ਐਂਡ ਅਪਲੋਡ ਦਾ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਡਿਊਰਿੰਗ ਫਿਲਿੰਗ ਦਾ ਆਨਲਾਈਨ ਅਪਲੀਕੇਸ਼ਨ ਔਨ ਵੈਬਸਾਈਟ ਕਲੀਅਰਲੀ ਠੀਕ ਹੈ ਜੀ ਸੋ ਇਹ www.bfuhs.ac.in ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਜਿਹੜੇ ਐਲੀਜੀਬਲ ਕੈਂਡੀਡੇਟ ਆ ਲਾਅ ਆਫੀਸਰ ਦੀ ਆ ਵੈਕੈਂਸੀ ਅੱਗੇ ਪੰਜਾਬੀ ਦੇ ਵਿੱਚ ਨੋਟੀਫਿਕੇਸ਼ਨ ਦਿੱਤਾ ਗਿਆ ਹੋਈ ਆ ਜੀ ਕੰਡੀਸ਼ਨਾਂ ਥੋੜੀਆਂ ਬਿਨੇ ਕਰ ਦਿਓ ਉਮਰ 18 ਤੋਂ 37 ਸਾਲ ਦਰਮਿਆਨ ਹੋਵੇ ਬਿਨੇ ਕਰ میٹرਿਕ ਤੱਕ ਪੰਜਾਬੀ ਪਾਸ ਹੋਵੇ ਠੀਕ ਹੈ ਜੀ ਜਿਹੜੀਆਂ ਹੁੰਦੀਆਂ ਨੇ ਨਾਰਮਲ ਇਨਸਟਰਕਸ਼ਨਸ ਨੇਗੀਆਂ ਸੋ ਉਮੀਦ ਕਰਦੇ ਆ ਅੱਜ ਦੀ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋ ਜੇ ਇਨਫੋਰਮੇਸ਼ਨ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ